ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਦਿਨਕਰ ਸੂਦ ਹੈ। ਮੈਂ ਬਤੌਰ ਪਲਾਸਟਿਕ ਸਰਜਨ ਮਨੀਪਾਲ ਹੋਸਪਿਟਲ ਵਿੱਚ ਕੰਮ ਕਰ ਰਿਹਾ। ਅੱਜ ਦਾ ਜਿਹੜਾ ਰੀਜ਼ਨ ਹੈਗਾ ਤੁਹਾਡੇ ਰੂਬਰੂ ਹੋਣ ਦਾ, ਉਹ ਇਹ ਹੈਗਾ ਕਿ ਦਿਵਾਲੀ ਆ ਰਹੀ ਹੈ, ਆਪਾਂ ਨੂੰ ਸਭ ਨੂੰ ਪਤਾ ਹੀ ਹੈ ਜੀ। ਅਤੇ ਆਮ ਤੌਰ 'ਤੇ ਦੇਖਿਆ ਗਿਆ ਕਿ ਦਿਵਾਲੀ ਦੇ ਨੇੜੇ ਆ ਕੇ ਬਰਨਸ ਦੇ ਪੇਸ਼ੈਂਟ ਜਿਹੜੇ ਹੈਗੇ ਨੇ, ਕਿਉਂਕਿ ਅਨਫੋਰਚੁਨੇਟਲੀ ਜਿੱਦਾਂ ਕ੍ਰੈਕਰਸ ਦੇ ਕਰਕੇ ਜਾਂ ਹੋਰ ਕਿਸੇ ਡੀਏ ਕਰਕੇ ਹੋਰ ਕਿਸੇ ਚੀਜ਼ ਕਰਕੇ ਬਰਨਸ ਦੇ ਪੇਸ਼ੈਂਟਸ ਜਿਹੜੇ ਨੇ ਉਹਨਾਂ ਦੇ ਵਿੱਚ ਕਾਫੀ ਵਾਧਾ ਦੇਖਿਆ ਜਾਂਦਾ ਦਿਵਾਲੀ ਦੇ ਆਸ ਪਾਸ। ਸੋ ਅੱਜ ਦਾ ਜਿਹੜਾ ਇਹ ਵੀਡੀਓ ਅਸੀਂ ਬਣਾ ਰਹੇ ਹਾਂ, ਬੇਸਿਕਲੀ ਇਹਦੀ ਅਵੇਅਰਨੈਸ ਅਤੇ ਇਹਨੂੰ ਪ੍ਰੀਵੈਂਟ ਕਰਨ ਦੇ ਲਈ ਤੁਸੀਂ ਕੀ ਕਰਨਾ ਹੈਗਾ, ਉਹ ਸਾਰੀ ਜਿਹੜੀ ਬੇਸਿਕ ਜਿਹੜੀਆਂ ਪ੍ਰੋਟੋਕੋਲਸ ਹੈਗੀਆਂ ਉਹ ਤੁਹਾਨੂੰ ਉਹਦੇ ਬਾਰੇ ਅਸੀਂ ਦੱਸਾਂਗੇ ਅੱਜ। ਦੇਖੋ, ਪਹਿਲੀ ਗੱਲ ਤਾਂ ਹੈਗੀ ਜੀ, ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਓਰ। ਸੋ ਆਪਾਂ ਇਹਨੂੰ ਪ੍ਰੀਵੈਂਟ ਕਿੱਦਾਂ ਕਰ ਸਕਦੇ ਹੈਗੇ, ਕੀ ਪ੍ਰੀਕੋਸ਼ਨਸ ਨੇ ਜਿਹੜੀਆਂ ਤੁਸੀਂ ਲੈਣੀਆਂ ਹੈਗੀਆਂ ਜਦੋਂ ਕਿ ਆਪਾਂ ਕੋਈ ਵੀ ਦਿਵਾਲੀ ਦੇ ਵਿੱਚ ਦੌਰਾਨ ਜੋ ਵੀ ਕੋਈ ਸੈਲੀਬ੍ਰੇਸ਼ਨ ਕਰ ਰਹੇ ਹਾਂ ਉਸ ਟਾਈਮ ਕੀ ਪ੍ਰੀਕੋਸ਼ਨਸ ਨੇ ਜਿਹੜੀਆਂ ਆਪਾਂ ਲੈਣੀਆਂ ਹੈਗੀਆਂ। ਪਹਿਲੀ ਗੱਲ ਤਾਂ ਇਹ ਹੈ ਜੀ, ਜੇ ਆਪਾਂ ਗ੍ਰੀਨ ਦਿਵਾਲੀ ਦੇ ਵਿੱਚ ਕਨਵਰਟ ਹੋ ਜਾਈਏ, ਕ੍ਰੈਕਰ ਫਰੀ ਦਿਵਾਲੀ ਮੇਨਟੇਨ ਬਣਾਈਏ ਤਾਂ ਬਣਾਈਏ ਤਾਂ ਦੈਟ ਇਜ਼ ਦੀ ਬੈਸਟ ਵੇ। ਬਟ ਚਲੋ, ਬੱਚਿਆਂ ਨੂੰ ਸ਼ੌਂਕ ਹੈਗਾ, ਜੇ ਕਰਨਾ ਹੈ ਤਾਂ ਉਹਦੇ ਵਿੱਚ ਹਮੇਸ਼ਾ ਇੱਕ ਸੁਪਰਵਿਜ਼ਨ ਇੱਕ ਅਡਲਟ ਦੀ ਹੋਵੇ, ਉਹ ਬਹੁਤ ਜ਼ਰੂਰੀ ਹੈਗੀ ਹੈ। ਬੱਚਿਆਂ ਨੂੰ ਕਦੀ ਵੀ ਆਪਾਂ ਵਿਦਾਊਟ ਸੁਪਰਵਿਜ਼ਨ ਕ੍ਰੈਕਰਸ ਨੂੰ ਪਟਾਕਿਆਂ ਨੂੰ ਬਰਸਟ ਨਾ ਕਰਨ ਦਈਏ, ਉਹ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈਗੀ ਹੈ। ਜਿੱਥੇ ਵੀ ਆਪਾਂ ਕ੍ਰੈਕਰਸ ਨੂੰ ਬਰਸਟ ਕਰ ਰਹੇ ਹਾਂ ਉਹ ਇੱਕ ਖੁੱਲ੍ਹਾ ਏਰੀਆ ਹੋਣਾ ਚਾਹੀਦਾ, ਕੋਈ ਕਲੋਜ ਸਪੇਸ ਨਹੀਂ ਹੋਣਾ ਚਾਹੀਦਾ, ਕੋਈ ਜਿੱਥੇ ਕੋਈ ਬਹੁਤ ਕੰਜੈਸ਼ਨ ਹੋਵੇ, ਕੋਈ ਕਾਰਸ ਪਾਰਕ ਹੋਣ, ਕੋਈ ਵਹੀਕਲਸ ਪਾਰਕਡ ਹੋਣ, ਜਾਂ ਕੋਈ ਵੀ ਇਨਫਲੇਮੇਬਲ ਮਟੀਰੀਅਲ ਉੱਥੇ ਕੋਈ ਪਿਆ ਹੋਵੇ, ਉਹੋ ਜਿਹੀ ਜਗ੍ਹਾ ਦੇ ਉੱਤੇ ਆਪਾਂ ਨੂੰ ਕ੍ਰੈਕਰਸ ਨਹੀਂ ਬਰਸਟ ਕਰਨੇ ਚਾਹੀਦੇ। ਜਿੱਥੇ ਵੀ ਕਿਤੇ ਤੁਸੀਂ ਇਹ ਕ੍ਰੈਕਰਸ ਦਾ ਜਿਹੜਾ ਹੈਗਾ ਬਰਸਟ ਕਰ ਰਹੇ, ਉੱਥੇ ਐਟਲੀਸਟ ਇੱਕ ਫੁੱਲ ਬਕਟ, ਵੱਡਾ ਬਕਟ ਜਿਹੜਾ ਹੈਗਾ ਪਾਣੀ ਦਾ ਤੁਹਾਡੇ ਕੋਲ ਅਵੇਲੇਬਲ ਹੋਣਾ ਚਾਹੀਦਾ ਹੈ ਕਿ ਕੋਈ ਵੀ ਅਨਟੂਵਰਡ ਇੰਸੀਡੈਂਟ ਜੇ ਕੋਈ ਹੋਵੇ ਤਾਂ ਉਸ ਟਾਈਮ ਦੇ ਉੱਤੇ ਤੁਸੀਂ ਉਸ ਪਾਣੀ ਨੂੰ ਯੂਜ਼ ਕਰ ਸਕੋ। ਅਤੇ ਜਿਹੜਾ ਸਭ ਤੋਂ ਇੰਪੋਰਟੈਂਟ ਇੱਕ ਹੋਰ ਚੀਜ਼ ਹੈਗੀ ਹੈ ਕਿ ਇੱਕ ਤਾਂ ਜਿਹੜੇ ਕਲੋਥਸ ਨੇ, ਜਿਹੜੇ ਕੱਪੜੇ ਆਪਾਂ ਦਿਵਾਲੀ 'ਤੇ ਪਾਉਂਦੇ ਹੈਗੇ ਹਾਂ, ਉਹ ਸਿਲਕ ਦੇ ਜਾਂ ਕਿਸੇ ਵੀ ਆਪਣਾ ਜਿਹੜੇ ਫੈਬਰਿਕ ਦੇ ਨਹੀਂ ਹੋਣੇ ਚਾਹੀਦੇ, ਜਿਹੜੇ ਹੈਗੇ ਕੋਟਨ ਦੇ ਕਲੋਥਸ ਜਿਹੜੇ ਹੈਗੇ ਉਹ ਪਾਉਣੇ ਚਾਹੀਦੇ ਨੇ, ਬੈਸਟ ਉਹ ਰਹਿੰਦੇ ਨੇ, ਬਿਕੋਜ਼ ਉਹਦੇ ਵਿੱਚ ਜਿਹੜੀ ਫਾਇਰ ਹੈਗੀ ਆ ਉਹ ਸਭ ਤੋਂ ਘੱਟ ਸਪਰੈਡ ਕਰਦੀ ਹੈ ਜੀ। ਲੂਜ਼ ਕਲੋਥਸ ਨਹੀਂ ਪਾਉਣੇ ਚਾਹੀਦੇ, ਠੀਕ ਹੈ ਜੀ। ਲੂਜ਼ ਕਲੋਥਸ ਦੇ ਨਾਲ ਅਗੇਨ ਹਮੇਸ਼ਾ ਇਹੀ ਰਿਸਕ ਰਹੇਗਾ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਫਾਇਰ ਨੂੰ ਕੈਚ ਕਰ ਸਕਦੇ ਨੇ, ਅੱਗ ਲੱਗ ਸਕਦੀ ਹੈ ਉਹਨਾਂ ਨੂੰ। ਤੋ ਹੁਣ ਆਉਂਦੇ ਹਾਂ ਆਪਾਂ ਜਿਹੜੀ, ਇਹ ਤਾਂ ਚਲੋ ਹੈਗੀ ਜੀ ਪ੍ਰੀਵੈਂਸ਼ਨ ਦੀ ਗੱਲ, ਉਸ ਤੋਂ ਬਾਅਦ ਹੁਣ ਆਪਾਂ ਆਉਂਦੇ ਹਾਂ ਕਿ ਜੇ ਕੋਈ ਪੇਸ਼ੈਂਟ ਨੂੰ ਕਿਸੇ ਨੂੰ ਬਰਨ ਹੋ ਜਾਏ ਤਾਂ ਉਹਦੇ ਵਿੱਚ ਕੀ ਕਰਨਾ, ਤੁਸੀਂ ਫਸਟ ਏਡ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਦੇਣੀ ਹੈਗੀ ਹੈ। ਸੋ ਫਸਟ ਏਡ ਦੇ ਵਿੱਚ ਕੀ ਆ ਜਾਂਦਾ ਜੀ, ਸਭ ਤੋਂ ਪਹਿਲਾਂ ਤਾਂ ਦੇਖੋ ਆਪਾਂ ਨੂੰ ਪੇਸ਼ੈਂਟ ਨੂੰ ਜਾਂ ਜੋ ਵੀ ਜਿਸ ਨੂੰ ਵੀ ਇਹ ਸੱਟ ਲੱਗੀ ਹੈਗੀ ਹੈ ਉਹਨੂੰ ਆਪਾਂ ਉਸ ਸੋਰਸ ਤੋਂ ਜਿੱਥੇ ਇਹ ਹੈਗਾ ਉਸ ਤੋਂ ਥੋੜ੍ਹਾ ਜਿਹਾ ਪਰੇ ਲੈ ਕੇ ਜਾਣਾ, ਠੀਕ ਹੈ ਜੀ। ਉਹਨੂੰ ਉਸ ਜਗ੍ਹਾ ਤੋਂ 10-15 ਫੁੱਟ ਡਿਸਟੈਂਸ ਲੈ ਕੇ ਜਾਣਾ, ਸੋ ਦੈਟ ਕੋਈ ਵੀ ਥਰਮਲ ਕੰਡਕਸ਼ਨ ਦੇ ਨਾਲ ਉਹਨੂੰ ਪੇਸ਼ੈਂਟ ਨੂੰ ਬਰਨ ਨਾ ਹੋਵੇ। ਉਸ ਤੋਂ ਬਾਅਦ ਉਹਨੂੰ ਬਰਨ ਨੂੰ ਬੁਝਾਉਣ ਵਾਸਤੇ ਤੁਸੀਂ ਕਿਸੇ ਵੀ, ਜਾਂ ਤਾਂ ਉਹਨੂੰ ਆਪਾਂ ਰੋਲ, ਜੇ ਜ਼ਿਆਦਾ ਹੈਗਾ ਤਾਂ ਆਪਾਂ ਉਹਨੂੰ ਰੋਲ ਕਰ ਸਕਦੇ ਹਾਂ, ਜਾਂ ਠੰਡ ਜਿਹੜਾ ਨੋਰਮਲ ਜਿਹੜਾ ਟੈਪ ਵਾਟਰ ਹੈਗਾ ਜਾਂ ਉਹਦਾ ਕੋਈ ਟੂਟੀ ਦਾ ਪਾਣੀ ਹੈਗਾ ਉਹਦਾ ਛਿੜਕਾਓ ਕਰ ਸਕਦੇ ਹਾਂ। ਉਸ ਤੋਂ ਬਾਅਦ ਉਹਨੂੰ ਕਲੀਨ ਕਰਨ ਵਾਸਤੇ ਦੇਖੋ, ਆਮ ਤੌਰ 'ਤੇ ਦੇਖਿਆ ਗਿਆ ਜੀ ਆਪਾਂ ਘਰ ਦੇ ਵਿੱਚ ਕੀ ਕਰਦੇ ਹਾਂ ਕਿ ਆਪਾਂ ਘਰ ਦੇ ਵਿੱਚ ਉਹਨੂੰ ਆਈਸ ਲਗਾ ਲੈਂਦੇ ਹਾਂ, ਜਾਂ ਆਪਾਂ ਉਸ 'ਤੇ ਟੁੱਥਪੇਸਟ ਲਗਾ ਲੈਂਦੇ ਹਾਂ, ਜਾਂ ਕੋਈ ਵੀ ਤਰ੍ਹਾਂ ਦਾ ਹੋਰ ਕੈਮੀਕਲ ਲਗਾ ਦਿੰਦੇ ਹਾਂ। ਰਤਨ ਜੋਤ ਵੀ ਇੱਕ ਬੜਾ ਕਾਮਨ ਦੇਖਿਆ ਗਿਆ ਕਿ ਉਹ ਵੀ ਉਸ 'ਤੇ ਜੋ ਇਹ ਮੋਸਟਲੀ ਕਈ ਵਾਰੀ ਹਲਵਾਈਆਂ ਵਗੈਰਾ ਕੋਲ ਮਿਲਦਾ ਉਹ ਲਗਾਇਆ ਜਾਂਦਾ। ਸੋ ਇਹ ਸਭ ਚੀਜ਼ਾਂ ਨੇ ਜਿਹੜੀਆਂ ਕੈਮੀਕਲ ਜਿਹੜੇ ਹੁੰਦੇ ਨੇ ਨਾ, ਇਹ ਕੀ ਕਰਦੇ ਨੇ ਕਿ ਕੈਮੀਕਲ ਬਰਨ ਕੋਜ਼ ਕਰਦੇ ਨੇ, ਜਿਹੜਾ ਤੁਹਾਡੇ ਆਲਰੇਡੀ ਬਰਨ ਹੋ ਗਿਆ ਉਹਨੂੰ ਹੋਰ ਜ਼ਿਆਦਾ ਡੀਪ ਕਰ ਦਿੰਦੇ ਨੇ। ਸੋ ਇਸ ਚੀਜ਼ ਨੂੰ ਪ੍ਰੀਵੈਂਟ ਕਰਨਾ, ਤੁਸੀਂ ਫਸਟ ਏਡ ਦੇ ਵਾਸਤੇ ਸਿਰਫ ਤੇ ਸਿਰਫ ਟੈਪ ਵਾਟਰ ਯੂਜ਼ ਕਰਨਾ, ਕੋਈ ਠੰਡਾ ਪਾਣੀ ਨਹੀਂ, ਕੋਈ ਆਈਸ ਨਹੀਂ, ਕੋਈ ਟੁੱਥਪੇਸਟ ਨਹੀਂ, ਕੁਛ ਨਹੀਂ ਯੂਜ਼ ਕਰਨਾ। ਜਦੋਂ ਵੀ ਕਿਤੇ ਕਿਸੇ ਦੇ ਏਰੀਆ ਦੇ ਵਿੱਚ ਬਰਨ ਹੋਇਆ ਤਾਂ ਉਹਨੂੰ ਤੁਸੀਂ ਸਿੰਪਲ ਟੈਪ ਵਾਟਰ ਦੇ ਨਾਲ ਵਾਸ਼ ਕਰਕੇ ਬੇਸਿਕ ਕੋਈ ਵੀ ਐਂਟੀਬਾਇਓਟਿਕ ਕਰੀਮ ਲਗਾ ਲੈਣੀ ਹੈ, ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਨੇੜਲੇ ਕਿਤੇ ਵੀ ਜਿੱਥੇ ਵੀ ਤੁਹਾਡੇ ਪਲਾਸਟਿਕ ਸਰਜਨ ਅਵੇਲੇਬਲ ਹੈਗਾ ਤੁਸੀਂ ਉਹਦੀ ਕੰਸਲਟੇਸ਼ਨ ਲੈਣੀ ਹੈਗੀ ਹੈ। ਦੇਖੋ, ਬਾਕੀ ਇਹ ਸਾਰੀਆਂ ਬਹੁਤ ਇੱਕ ਵਾਸਟ ਟੋਪਿਕ ਹੈਗਾ ਜੀ, ਅਸੀਂ ਜਿੰਨੀ ਵੀ ਕੋਸ਼ਿਸ਼ ਤੁਹਾਨੂੰ ਇਹਨੂੰ ਬਰੀਫ ਕਰਨ ਦੀ ਕਰ ਰਹੇ ਹਾਂ, ਇਹਦੇ ਵਿੱਚ ਇਹੀ ਹੈ ਕਿ ਤੁਸੀਂ ਫਸਟ ਏਡ ਦੇ ਵਿੱਚ ਪਾਣੀ ਔਰ ਐਂਟੀਬਾਇਓਟਿਕ ਓਇੰਟਮੈਂਟ, ਕੋਈ ਵੀ ਨਿਊਸਪੋਰਿਨ ਆਉਂਦੀ ਓਇੰਟਮੈਂਟ, ਸੋਫਰਾਮਾਈਸਿਨ ਆਉਂਦੀ ਓਇੰਟਮੈਂਟ, ਉਹਨਾਂ ਨੂੰ ਲਗਾਉਣਾ ਹੈਗਾ। ਬਾਕੀ ਅਸੀਂ ਤੁਹਾਡੇ ਲਈ ਇੱਥੇ ਮਨੀਪਾਲ ਹੋਸਪਿਟਲ ਦੇ ਵਿੱਚ 24/7 ਅਵੇਲੇਬਲ ਹੈਗੇ ਹਾਂ, ਕੋਈ ਵੀ ਕੁਐਰੀਜ਼ ਹੋਣ ਤੁਸੀਂ ਉਹਦੇ ਬਾਰੇ, ਵੀ ਆਰ ਮੋਸਟ ਵੈਲਕਮ। ਥੈਂਕ ਯੂ।